ਦੇਖੋ ਹੁਣ ਜਿਹੜਾ ਇਹ ਬਾੜ ਵਾਲਾ ਜਾਂ ਹੜ ਵਾਲਾ ਜਿਹੜਾ ਸਿਨੈਰੀਓ ਤਾਂ ਨਹੀਂ ਰਿਹਾ, ਉਹ ਜਿਹੜਾ ਸੀਗਾ ਉਹ 6-7 ਘੰਟਿਆਂ 'ਚ ਹੀ ਇੱਥੇ ਸਾਡੀ ਐਡਮਿਨਿਸਟ੍ਰੇਸ਼ਨ ਨੇ, ਸਾਡੇ ਮਾਣਯੋਗ MLA ਸਾਹਿਬਾਨ ਲਗਾਤਾਰ ਔਨ ਟੋਸ 'ਤੇ ਰਹੇ ਆ, ਸਾਡੇ DC ਸਾਹਿਬ ਆਰਮੀ ਦੀ ਮਦਦ ਲਈ ਔਰ ਜਿੰਨੇ ਵੀ ਲੋਕ ਸੀ ਇਹ ਸਾਰੇ ਜਿੰਨਾ ਜਿਹੜੇ ਵਿੱਚ ਪਿੰਡ ਜਿਹੜੇ ਡੁੱਬ ਗਏ ਸੀ ਉਹਨੂੰ ਸਾਰੇ ਕੱਢ ਕੇ ਬਾਹਰ ਲਿਆਂਦੇ, ਉਹਨਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਔਰ ਹਜੇ ਤੱਕ ਵੀ ਚੱਲ ਰਿਹਾ। ਸੋ ਹੁਣ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਕਿਸੇ ਪਾਸੇ ਕੋਈ, ਇਹ ਮਤਲਬ ਇਹ ਜਿਹੜਾ ਫਿਰੋਜ਼ਪੁਰ ਵਾਲਾ ਬੈਲਟ ਹੈ ਇਹ ਬਿਲਕੁਲ ਸੇਫ ਹੈ, ਠੀਕ ਚੱਲ ਰਿਹਾ। ਸਰ ਗੱਲ ਕਰਦੇ ਹਾਂ ਤਾਂ ਇੱਥੋਂ ਦੇ ਲੋਕਾਂ ਦੀ ਜਿਹੜੀ ਜ਼ਮੀਨ ਉਹ ਬਿਲਕੁਲ ਕੱਚੀ ਹੈ ਅਤੇ ਜਦੋਂ ਮੁਆਵਜ਼ਾ ਦੇਣ ਦੀ ਵਾਰੀ ਆਉਂਦੀ ਹੈ ਤਾਂ ਇਹਨਾਂ ਨੂੰ ਲੋਕਾਂ ਨੂੰ ਮਿਲ ਨਹੀਂ ਪਾਉਂਦਾ, ਉਸ ਲਈ ਸਰ ਕੀ ਪ੍ਰਬੰਧ ਕੀਤੇ ਜਾਣਗੇ ਇਹਨਾਂ ਲੋਕਾਂ ਵਾਸਤੇ? ਠੀਕ ਹੈ ਉਹਦੀ ਗੱਲ ਅਤੇ ਬਿਲਕੁਲ ਇਹਦੇ ਵਾਸਤੇ ਮੈਂ DC ਹੋਰਾਂ ਨਾਲ ਔਰ ਜਿਹੜੇ ਸਾਡੇ ਰੈਵਨਿਊ ਮਿਨਿਸਟਰ ਹੈ ਉਹਨਾਂ ਨਾਲ ਮੀਟਿੰਗ ਕਰੂੰਗਾ ਔਰ ਉਹਨਾਂ ਨਾਲ ਮੰਤਰਣਾ ਕਰਾਂਗੇ, ਕੋਈ ਨਾ ਕੋਈ ਉਹਦਾ ਹੱਲ ਕੱਢਾਂਗੇ ਕਿਉਂਕਿ ਹੱਲ ਤਾਂ ਨਿਕਲਣਾ ਚਾਹੀਦਾ ਨਾ ਜੀ, ਜਿਹੜੇ ਖਰਾਬਾ ਹੋਇਆ ਤਾਂ ਫਿਰ ਮਿਲਣਾ ਵੀ ਚਾਹੀਦਾ। ਸੋ ਇਹਦੇ ਲਈ ਗੱਲ ਕਰਾਂਗੇ। ਆਈਡੀਆ ਕਿੰਨਾ ਕੁ ਨੁਕਸਾਨ ਹੋ ਜਾਊਗਾ? ਦੇਖੋ ਜੀ ਇਹ ਤਾਂ ਡੀ ਸਾਹਿਬ ਕਿੰਨੇ ਪਿੰਡ ਹੋਏ ਆ ਜੀ? ਸਰ ਆਪਣੇ 15-20 ਪਿੰਡਾਂ ਦੇ ਵਿੱਚ ਪਾਣੀ ਜਿਹੜਾ ਸੀ ਘਰ ਆਇਆ ਸੀ ਉਹ ਖਿੱਚਤਾ ਜਾਇਆ ਸੀ ਅਤੇ ਘਰਾਂ ਦੇ ਵਿੱਚ ਸਾਡੇ ਚਲੋ ਸਾਡੇ ਰੱਬ ਦੀ ਮਿਹਰ ਹੈ ਜੀ ਨਹੀਂ ਗਿਆ, ਪਰ ਸਰ ਅਸੀਂ ਮੁਆਇਨਾ ਕਰਾ ਰਹੇ ਹਾਂ ਜੀ, ਜਿੱਥੇ ਫਸਲ ਖਰਾਬ ਹੋਈ ਹੈ ਅਸੀਂ ਮੁਆਵਜ਼ਾ ਦੇਵਾਂਗੇ। ਉਹ ਗੁਰਦੌਰੀ ਚੱਲ ਰਹੀ ਹੈ ਜੀ, ਸਾਰਾ ਮੁਆਇਨਾ ਹੋ ਰਿਹਾ ਔਰ ਜਿੱਥੇ ਇੱਥੇ ਫਸਲ ਖਰਾਬ ਹੋਈ ਉੱਥੇ ਮੁੱਖ ਮੰਤਰੀ ਸਾਹਿਬ ਤਾਂ ਪਹਿਲੇ ਦਿਨ ਤੋਂ ਲੱਗੇ ਹੋਏ ਆ ਇਸ ਗੱਲ ਨੂੰ, ਉਹ ਤਾਂ ਆਪ ਕਿਸ਼ਤੀਆਂ ਲੈ ਕੇ ਮਤਲਬ ਇਹਨਾਂ ਪਿੰਡਾਂ 'ਚ ਹੋ ਕੇ ਗਏ, ਮਿਲ ਕੇ ਗਏ, ਪਹਿਲੇ ਮੁੱਖ ਮੰਤਰੀ ਹੈ ਜਿਹੜੇ ਇਸ ਤਰ੍ਹਾਂ, ਨਹੀਂ ਤਾਂ ਉੱਤੋਂ ਫੋਟੋ ਖਿੱਚ ਕੇ ਮੁੜ ਜਾਂਦੇ ਸੀ। ਸੋ ਆਪ ਉਹ ਲੱਗੇ ਹੋਏ ਆ ਔਰ ਮੁਆਵਜ਼ੇ ਦੀ ਵੀ ਬਿਲਕੁਲ ਕੋਈ ਨਾ ਜਿਹੜੀ ਪ੍ਰੋਵੀਜ਼ਨ ਆਪਾਂ ਕਰਾਂਗੇ। ਬਾੜ ਦੀ ਸਥਿਤੀ ਜਿਵੇਂ ਤੁਹਾਨੂੰ ਦੱਸਿਆ ਗਿਆ ਸਰ ਜੇ ਸੁਧਰ ਗਈ ਹੈ, ਪਰ ਬਾੜ ਦੀ ਸਥਿਤੀ ਸੁਧਰਨ ਤੋਂ ਬਾਅਦ ਸਰ ਜਿਵੇਂ ਬਿਮਾਰੀਆਂ ਫੈਲਣ ਦਾ ਡਰ ਹੈ ਜਾਂ ਹੋਰ ਤਰੀਕੇ ਦੀਆਂ, ਉਹਦੇ ਲਈ ਸਰ ਸਰਕਾਰ ਕੀ? ਉਹਦੇ ਲਈ ਮੇਰੀ ਮਾਣਯੋਗ ਸਿਹਤ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਸੀ ਔਰ DC ਸਾਹਿਬ ਨਾਲ ਵੀ ਹੁਣ ਆਉਂਦਿਆਂ ਦਵਾਈਆਂ ਬਹੁਤ ਵੱਡੀ ਗਿਣਤੀ 'ਚ ਪਹੁੰਚੀਆਂ ਹੋਈਆਂ, ਸਭ ਕੁਛ ਵੱਧ ਵੱਡੀ ਗਿਣਤੀ ਦਵਾਈਆਂ ਪਹੁੰਚੀਆਂ ਹੋਈਆਂ ਔਰ ਦਿੱਲੀ ਦੀ ਇੱਕ ਸੰਸਥਾ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ, ਉਹਨਾਂ ਦੇ ਵੀ ਅੱਜ ਨੁਮਾਇੰਦੇ ਇੱਥੇ ਪਹੁੰਚੇ ਹੋਏ ਆ, ਕੀ ਲੈ ਕੇ ਨਾਲ ਮਿਲ ਕੇ ਮਦਦ ਕੈਟਲ ਫੀਡ ਵਗੈਰਾ ਸਾਰੀ ਇੱਥੇ ਲੈ ਕੇ ਆਇਆ, ਰਾਸ਼ਨ ਵੀ ਜਿਹਨੂੰ ਇਹਨੂੰ ਚਾਹੀਦਾ ਹੋਇਆ, ਰਾਸ਼ਨ ਦੀ ਵੈਸੇ ਤਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੀ ਬੜਾ ਕਰ ਰਿਹਾ ਅਤੇ ਕੋਈ ਐਡੀ ਮੈਨੂੰ ਲੱਗਦਾ ਨਹੀਂ ਇੱਥੇ ਵੀ ਕੋਈ ਹੋਰ ਲੋੜ ਹੋਊਗੀ, ਲੇਕਿਨ ਆਪਣੇ ਤਾਂ ਫਿਰ ਜਦੋਂ ਕਿਸੇ ਨੂੰ ਮੁਸੀਬਤ ਪੈ ਜੇ, ਹੋਰ ਪਾਸੇ ਤਾਂ ਪਾਣੀ ਦੀ ਬੋਤਲ ਵੀ ਇਹ 400-400 ਦੀ ਕਰ ਦਿੰਦੇ ਆ, ਇੱਥੇ ਫਿਰ ਸਭ ਕੁਝ ਫ੍ਰੀ ਹੋ ਜਾਂਦਾ। ਸਰ ਜੇ ਗੱਲ ਕਰੋ ਇਹ ਭਾਵੇਂ ਮੇਰਾ ਅਧਿਕਾਰ ਖੇਤਰ ਤੋਂ ਬਾਹਰ ਆ, ਪਰ ਇਨਸਾਨ ਹੋਣ ਦੇ ਨਾਤੇ ਮੈਂ 2-3 ਦਿਨ ਤੋਂ ਬਹੁਤ ਵਿਚਲਿਤ ਹਾਂ, ਬਹੁਤ ਜ਼ਿਆਦਾ ਮੇਰੇ ਮਨ 'ਤੇ ਅਸਰ ਹੋਇਆ। ਮਣੀਪੁਰ ਦੇ ਵਿੱਚ ਜਿਹੜੀ 2 ਬੀਬੀਆਂ ਨੂੰ ਜਿਨ੍ਹਾਂ ਨੂੰ ਅਸੀਂ ਆਪਦਾ ਮਾਣ ਕਹਿੰਦੇ ਹਾਂ, ਸਾਡੀਆਂ ਧੀਆਂ ਭੈਣਾਂ, ਸਾਡੀਆਂ 3 ਕਿ ਮੈਂ 2 ਦੀ ਵੀ 2 ਵਾਲੀ ਵੀਡੀਓ ਦੇਖੀ ਸੀ, 3 ਹੋਣੀ, ਮੈਂ 2 ਦੀ ਵੀਡੀਓ ਦੇਖੀ ਸੀ ਅਤੇ ਉਹਨਾਂ ਨੂੰ ਉੱਥੇ ਰੇਪ ਕੀਤਾ ਗਿਆ, ਨੰਗਿਆਂ ਕਰਕੇ ਘੁਮਾਇਆ ਗਿਆ ਔਰ ਉਹ 1 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ। 4 ਮਈ ਦੀ ਘਟਨਾ 4 ਮਈ ਦੀ ਘਟਨਾ ਔਰ ਉਹ ਸਾਡੇ ਦੇਸ਼ ਦੇ ਵਿੱਚ ਜਿੱਥੇ ਅਸੀਂ ਦੇਵੀ ਮੰਨਦੇ ਹਾਂ, ਦੇਵੀਆਂ ਹੈ ਸਾਡੀਆਂ, ਉਹਨਾਂ ਨੂੰ ਇਸ ਤਰ੍ਹਾਂ ਕੀਤਾ ਗਿਆ ਵੇ, ਉੱਥੋਂ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ, ਇਹ ਕਿਸੇ ਨੂੰ ਵੀ ਮਨਜ਼ੂਰ ਨਹੀਂ। ਅਸੀਂ ਉਹਨਾਂ ਨੂੰ ਬਚਾਉਣ ਲਈ ਆਏ, ਪਿਓ ਤੇ ਭਰਾ ਨੂੰ ਗੋਲੀਆਂ ਮਾਰ ਕੇ ਮਾਰਤਾ ਗਿਆ। ਮਤਲਬ ਇਸ ਤਰ੍ਹਾਂ ਦੇ ਘਣਾਉਣੇ ਕਾ ਕੀ ਤੁਸੀਂ ਇਸ ਚੀਜ਼ ਨੂੰ ਠੀਕ ਮੰਨਦੇ? ਅਸੀਂ ਮੇਰਾ ਖਿਆਲ ਆਪਣਾ ਪੰਜਾਬੀ ਤਾਂ ਬਿਲਕੁਲ ਨਹੀਂ ਨਾ ਜਰਦਾ ਇਸ ਚੀਜ਼, ਅਸੀਂ ਤਾਂ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਨੂੰ ਆਪਦੀਆਂ ਧੀਆਂ ਭੈਣਾਂ ਸਮਝਦੇ। ਸੋ ਇਹ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਹੋ ਰਿਹਾ, ਇਹ ਬਹੁਤ ਸ਼ਰਮਨਾਕ ਹੈ, ਇਹਦਾ ਮੈਂ ਵਿਰੋਧ ਕਰਦਾ, ਮੁਜ਼ੰਮਤ ਕਰਦਾ। ਮਤਲਬ ਮੈਂ ਜਦੋਂ ਦੀ ਵੇਖੀ ਆ ਉਹ ਜਿਹੜੀ ਵੀਡੀਓ ਵੇਖੀ ਆ, ਮੈਂ ਬਿਲਕੁਲ ਵਿਚਲਿਤ ਹੋਇਆ। ਸੋ ਬਾਕੀ ਜਿਹੜਾ ਇੱਥੋਂ ਵਾਲਾ ਹੜਾਂ ਵਾਲਾ ਉਹਦੇ ਹੱਥ ਸਾਡੇ DC ਸਾਹਿਬ ਔਰ MLA ਸਾਹਿਬ ਇਹ ਸਾਰੇ ਲੱਗੇ ਹੋਏ ਆ, ਪੂਰੇ ਵਧੀਆ ਤਰੀਕੇ ਨਾਲ ਲੱਗੇ ਹੋਏ ਔਰ ਮੈਂ ਧੰਨਵਾਦੀ ਹਾਂ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਨਵੀਂ ਦਿੱਲੀ ਦਾ, ਜਿਹੜੇ ਇੱਥੇ ਅੱਜ ਕੈਟਲ ਫੀਡ ਇੱਥੇ ਲੈ ਕੇ ਆਏ ਆ, ਨਾਲ ਹੋਰ ਜਿਹੜਾ ਰਾਸ਼ਨ ਜਿਹੜੇ ਲੋੜਵੰਦ ਉਹਨੂੰ ਰਾਸ਼ਨ ਵੀ ਦਿੱਤਾ ਜਾਏਗਾ। ਸਰ ਜੇ ਗੱਲ ਕਰਦੇ ਸਰ ਇੱਥੋਂ ਦੇ ਜਿਹੜੇ ਸਕੂਲ ਹੈ ਬੱਚੇ ਕਾਲੂਵਾੜੇ ਦੇ ਵਿੱਚ ਛੋਟੀਆਂ ਬੱਚੀਆਂ ਪੜ੍ਹਨ ਜਾਂਦੀਆਂ ਸੀਗੀਆਂ, ਇੱਥੇ ਹਰੇਕ ਮੰਤਰੀ ਆਉਂਦੇ ਉਹ ਕਹਿ ਕੇ ਜਾਂਦੇ ਇੱਥੇ ਪੁਲ ਬਣੂਗਾ, ਇੱਥੇ ਸਰ ਪੁਲ ਬਣ ਸਕਦਾ ਕਿ ਨਹੀਂ ਬਣ ਸਕਦਾ ਸਰ ਜੀ? ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ, ਮਾਣਯੋਗ MLA ਸਾਹਿਬਾਨ ਹੋਰਾਂ ਨੇ ਇੱਥੋਂ ਦਾ 55 ਕਰੋੜ ਰੁਪਈਏ ਦਾ ਐਸਟੀਮੇਟ ਬਣਾ ਕੇ ਭੇਜਤਾ। ਸੋ ਉਹ ਮੁੱਖ ਮੰਤਰੀ ਸਾਹਿਬ ਨੂੰ ਦਰਖਾਸਤ ਮੈਂ ਵੀ ਕਰਾਂਗਾ, ਇਹਨਾਂ ਨੇ ਤਾਂ ਕਰ ਹੀ ਦਿੱਤੀ ਆ ਕਿ ਉਹ ਜਲਦੀ ਤੋਂ ਜਲਦੀ ਬਣਾਇਆ ਜਾਏ।